ਦੋਸਤੋ ਅੱਜ 26 ਜੂਨ ਹੈ। ਅੱਜ ਦੇ ਦਿਨ ਜਲਾਲਾਬਾਦ ਵਿੱਚ BSF ਦੀ 118 ਬਟਾਲੀਅਨ ਦੁਆਰਾ ਇੰਟਰਨੈਸ਼ਨਲ ਡਰਗ ਅਬਿਊਜ਼ ਡੇ ਮਨਾਇਆ ਜਾ ਰਿਹਾ। ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਕੁਝ ਝਲਕੀਆਂ। ਬਾਰਡਰ ਸਕਿਉਰਿਟੀ ਫੋਰਸ ਦੀ ਬਟਾਲੀਅਨ 118 ਵੱਲੋਂ ਸਥਾਨਕ BSF ਕੈਂਪਸ ਜਲਾਲਾਬਾਦ ਵਿੱਚ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੀ ਰਣਵੀਰ ਕੁਮਾਰ CO ਨੇ ਸ਼ਿਰਕਤ ਕੀਤੀ। ਕਮਾਂਡੈਂਟ ਦੁਆਰਾ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਜਿੱਥੇ BSF ਵੱਲੋਂ ਬਾਰਡਰ 'ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਜਾਂਦੀ ਹੈ, ਉੱਥੇ ਹੀ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਇਸੇ ਲੜੀ ਤਹਿਤ ਅੱਜ ਨਸ਼ੇ ਨੂੰ ਖਤਮ ਕਰਨ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਅੱਜ ਅੰਤਿਮ ਇੰਟਰਨੈਸ਼ਨਲ ਡੇ ਅਗੇਂਸਟ ਡਰੱਗਸ ਮਨਾਇਆ ਜਾ ਰਿਹਾ ਹੈ। ਇਹ 118ਵੀਂ ਵਾਹਿਨੀ ਸੀਮਾ ਸੁਰੱਖਿਆ ਬਲ ਜਲਾਲਾਬਾਦ ਕੇ ਪ੍ਰਾਂਗਣ ਮੇਂ ਇਸਕਾ ਆਯੋਜਨ ਕੀਆ ਜਾ ਰਿਹਾ ਹੈ। ਇਸਕੇ ਦੌਰਾਨ ਹਮ ਡਰੱਗਸ ਕੇ ਬਾਰੇ ਮੇਂ ਜੋ ਜੋ ਹਮਾਰੇ ਸਮਾਜ ਮੇਂ ਕੁਰੀਤੀਆਂ ਫੈਲੀ ਹੈ ਉਸਕੇ ਬਾਰੇ ਮੇਂ ਬਤਾਤੇ ਹੈ, ਔਰ ਇਸਕੇ ਅਗੇਂਸਟ ਮੇਂ ਹਮ ਬਾਰਡਰ ਪੇ ਰਹਿਣੇ ਕੇ ਸਾਥ ਸਾਥ ਆਪਣੇ ਸਮਾਜ ਮੇਂ ਵੀ ਕਿਆ ਕਿਆ ਕਰ ਸਕਤੇ ਹੈ ਉਸਕੇ ਬਾਰੇ ਮੇਂ ਇਸ ਡੇ ਕੋ ਮਨਾਇਆ ਜਾਤਾ ਹੈ। ਇਸ ਮੌਕੇ ਕਮਾਂਡੈਂਟ ਦੁਆਰਾ ਪ੍ਰਗਤੀ ਕਲਾ ਕੇਂਦਰ ਇਕਾਈ ਜਲਾਲਾਬਾਦ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਦੁਆਰਾ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ 'ਤੇ ਆਪਣੇ ਨਾਟਕ ਅਤੇ ਕੋਰੋਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਅੱਜ BSF 118 ਬਟਾਲੀਅਨ ਜਲਾਲਾਬਾਦ ਵੱਲੋਂ ਐਂਟੀ ਡਰੱਗਸ ਡੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਗਤੀ ਕਲਾ ਕੇਂਦਰ ਇਕਾਈ ਜਲਾਲਾਬਾਦ ਦੇ ਨਿਰਦੇਸ਼ਕ ਮਾਸਟਰ ਕਿਰਨਦੀਪ ਜੀ ਮੌਜੂਦ ਰਹੇ। ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਨਸ਼ੇ ਨੂੰ ਲੈ ਕੇ ਕੋਰੋਗ੍ਰਾਫੀਆਂ ਔਰ ਨਾਟਕ ਪੇਸ਼ ਕੀਤੇ। ਮਿਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਅੱਜ BSF ਸੈਕਟਰ 118 ਬਟਾਲੀਅਨ ਦੇ ਵਿੱਚ ਸਾਨੂੰ ਵਿਸ਼ੇਸ਼ ਤੌਰ 'ਤੇ ਪ੍ਰਗਤੀ ਕਲਾ ਕੇਂਦਰ ਨੂੰ ਬੁਲਾਇਆ ਗਿਆ ਸੀ, ਔਰ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ। ਤਾਂ ਅਸੀਂ ਆਪਣੇ ਨਾਟਕਾਂ ਦੇ ਰਾਹੀਂ, ਜਿਵੇਂ ਕਿ ਪ੍ਰਗਤੀ ਕਲਾ ਕੇਂਦਰ ਅਦਾਰਾ ਪਿਛਲੇ
18 ਤੋਂ 25 ਸਾਲਾਂ ਦੇ ਵਿੱਚ ਆਪਣਾ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਪੂਰੇ ਦੇਸ਼ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਲਗਾਤਾਰ ਆਪਣੀ ਵਿਚਾਰਧਾਰਾ ਦੇ ਉੱਪਰ ਪ੍ਰਤੀਬੱਧ ਹੋ ਕੇ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਅੱਜ ਇਸ ਆਰਮੀ ਸੈਕਟਰ ਦੇ ਵਿੱਚ ਵੀ ਅਸੀਂ ਨਾਟਕਾਂ ਅਤੇ ਕੋਰੀਓਗ੍ਰਾਫੀਆਂ ਦੇ ਰਾਹੀਂ ਇਸ ਸਮਾਜ ਨੂੰ, ਇਸ ਸੂਬੇ ਨੂੰ, ਇਸ ਦੇਸ਼ ਨੂੰ ਇੱਕ ਸੁਨੇਹਾ ਦਿੱਤਾ ਕਿ ਅਸੀਂ ਇਸ ਦੇਸ਼ ਦੇ ਨੌਜਵਾਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਹਾਡੇ ਸਾਹਮਣੇ ਇੱਦਾਂ ਦਾ ਸਿਸਟਮ ਫਿੱਟ ਕੀਤਾ ਜਾ ਰਿਹਾ ਔਰ ਨਸ਼ਾ ਇਸ ਸਮਾਜ ਦੇ ਵਿੱਚ ਤੁਹਾਡੇ ਸਾਹਮਣੇ ਪਰੋਸਿਆ ਜਾ ਰਿਹਾ ਕਿ ਤੁਸੀਂ ਜਿਨ੍ਹਾਂ ਨੌਜਵਾਨਾਂ ਨੇ ਇਸ ਦੇਸ਼ ਦੇ ਭਵਿੱਖ ਵਾਸਤੇ ਉਹਨਾਂ ਸਮਾਜਿਕ ਬੁਰਾਈਆਂ ਦੇ ਸਾਹਮਣੇ ਥੰਮ ਬਣ ਕੇ ਖੜ੍ਹਨਾ ਸੀ, ਉਹਨਾਂ ਨੂੰ ਨਸ਼ੇ ਦੇ ਨਾਲ ਗੰਧਲਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ, ਕਿਉਂਕਿ ਦੇਸ਼ ਦੇ ਵਿੱਚ ਇੱਕ ਗੰਭੀਰ ਸੰਕਟ ਪੈਦਾ ਹੋਣ ਵਾਲਾ ਹੈ ਜਿਸ ਦਾ ਸਾਹਮਣਾ ਇਸ ਦੇਸ਼ ਦੀ ਨੌਜਵਾਨ ਪੀੜ੍ਹੀ ਨੇ ਕਰਨਾ ਹੈ। ਜੇ ਤੁਸੀਂ ਨਹੀਂ ਜਾਗੇ ਤਾਂ ਇਸੇ ਤਰ੍ਹਾਂ ਹੀ ਨਸ਼ਿਆਂ ਵਰਗੀ ਭੈੜੀ ਲਾਹਨਤ ਨੇ ਸਾਡੇ ਘਰਾਂ ਨੂੰ ਉਜਾੜ ਦੇਣਾ ਹੈ। ਸੋ ਆਓ ਇਸ ਦੇਸ਼ ਨੂੰ, ਇਸ ਸਮਾਜ ਨੂੰ ਅਸੀਂ ਬਚਾਈਏ ਔਰ ਇਹ ਸੁਨੇਹਾ ਘਰ ਘਰ ਲੈ ਕੇ ਜਾਈਏ ਔਰ ਨਾਲ ਹੀ ਜਿਹੜੀਆਂ ਏਜੰਸੀਆਂ, ਜਿਹੜੇ ਤਸਕਰ ਇਸ ਨਸ਼ਾ ਤਸਕਰੀ ਦੇ ਸੰਬੰਧ ਦੇ ਨਾਲ ਇਸ ਜੁੜੇ ਹੋਏ ਨੇ, ਪ੍ਰਗਤੀ ਕਲਾ ਕੇਂਦਰ ਅਦਾਰਾ ਇਹਨਾਂ ਦਾ ਡਟਵਾਂ ਵਿਰੋਧ ਕਰਦਾ ਹੈ ਅਤੇ 364 ਦਿਨ ਜਿਹੜੇ ਹੈ ਅਸੀਂ ਕਹਿੰਦੇ ਹਾਂ ਕਿ ਤੰਬਾਕੂ ਵਿਰੋਧੀ ਜਾਂ ਨਸ਼ਾ ਵਿਰੋਧੀ ਹੋਣੇ ਚਾਹੀਦੇ ਆ, ਕਿਉਂਕਿ ਇੱਕ ਦਿਨ ਜੇਕਰ 26 ਜੂਨ ਨੂੰ ਅਸੀਂ ਕੰਮ ਕਰਦੇ ਹਾਂ ਤਾਂ 364 ਦਿਨ ਸਾਡੇ ਵਿਰੋਧੀ ਜਿਹੜਾ ਨਸ਼ਾ ਸਪਲਾਈ ਦਾ ਕੰਮ ਕਰਦੇ ਉਹ 364 ਦਿਨ ਕਰਦੇ ਆ, ਤਾਂ ਅਸੀਂ ਇਹ ਚਾਹੁੰਦੇ ਹਾਂ ਕਿ 365 ਦਿਨ ਹੀ ਜਿਹੜੇ ਕੀ ਹੈ ਤਾਂ ਨਸ਼ਾ ਵਿਰੋਧੀ ਹੋਣੇ ਚਾਹੀਦੇ ਹੈ। ਤਾਂ ਅਸੀਂ ਪੂਰੀ ਟੀਮ ਔਰ ਇਹ ਅਦਾਰਾ ਪ੍ਰਗਤੀ ਕਲਾ ਕੇਂਦਰ ਔਰ ਨਸ਼ੇ ਦੇ ਵਿਰੁੱਧ ਜਿਹੜਾ ਕਿ ਉਹ ਇਹਦਾ ਵਿਰੋਧ ਕਰਦਾ ਹੈ ਅਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਨੂੰ ਜਿੱਥੇ ਵੀ ਕਿਤੇ ਤੁਹਾਨੂੰ ਇਹ ਸਮਾਜਿਕ ਬੁਰਾਈ ਤੁਹਾਡੇ ਸਾਹਮਣੇ ਲੱਗਦਾ ਤੁਹਾਨੂੰ ਤਾਂ ਉਹਦਾ ਵਿਰੋਧ ਕਰੋ ਅਤੇ ਇਹ ਸੁਨੇਹਾ ਜਨ ਘਰ ਤੱਕ ਪਹੁੰਚਾਓ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਕੈਮਰਾਮੈਨ ਆਸ਼ੀਸ਼ ਦੇ ਨਾਲ ਹਰਪ੍ਰੀਤ ਮੈਂ ਵੀ BSF ਕੈਂਪਸ ਜਲਾਲਾਬਾਦ।